ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਤੇ ਸਾਡੇ ਨਾਲ ਚਰਚਾ ਲਈ ਮੌਜੂਦ ਨੇ ਜਤਿੰਦਰ ਪੰਨੂ ਜੀ। ਪੰਨੂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ। ਪੰਨੂ ਸਾਹਿਬ, ਮਨਮੋਹਨ ਸਿੰਘ ਸਰਕਾਰ ਵੇਲੇ ਦੇ ਜਿਹੜੇ ਡਿਫੈਂਸ ਸੌਦਿਆਂ ਤੇ ਉਹਨਾਂ ਦੇ ਦਲਾਲੀ ਦਾ ਰੌਲਾ ਪੈ ਗਿਆ ਤੇ ਹੁਣ ਵਰੁਣ ਗਾਂਧੀ ਦਾ ਨਾਮ ਵੀ ਆ ਰਿਹਾ ਤੇ ਕੋਈ ਵਿਪਿਨ ਖੰਨਾ ਵੀ ਸਾਹਮਣੇ ਆ ਰਿਹਾ, ਇਹਨੂੰ ਤੁਸੀਂ ਕਿਵੇਂ ਵੇਖਦੇ ਹੋ? ਕੁਸਮ ਜੀ, ਗੱਲ ਇਹ ਹੈ ਕਿ 1947 'ਚ ਦੇਸ਼ ਆਜ਼ਾਦ ਹੋਇਆ ਅਤੇ 1948 'ਚ ਪਹਿਲਾ ਡਿਫੈਂਸ ਸੌਦਿਆਂ ਦਾ ਰੌਲਾ ਪਿਆ ਸੀ। ਸਾਡਾ ਇੱਕ ਹਾਈ ਕਮਿਸ਼ਨਰ ਸੀਗਾ ਇੰਗਲੈਂਡ ਦੇ ਵਿੱਚ, ਉਹਦੇ ਰਾਹੀਂ ਫੌਜ ਵਾਸਤੇ ਜੀਪਾਂ ਖਰੀਦੀਆਂ ਗਈਆਂ। ਉਹਨਾਂ ਜੀਪਾਂ ਦਾ ਰੌਲਾ ਪਿਆ, ਹਾਈ ਕਮਿਸ਼ਨਰ ਹਟਾਉਣਾ ਪਿਆ, ਫਿਰ ਕਈ ਵਾਰ ਹੋਰ ਰੌਲੇ ਪਏ ਅਤੇ ਸਭ ਤੋਂ ਵੱਡਾ ਰੌਲਾ ਪਿਆ ਉਦੋਂ ਜਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਹੁੰਦਾ ਸੀ ਅਤੇ ਬੋਫੋਰਸ ਕੰਪਨੀ ਦੀ ਹਵਿਟਜ਼ਰ ਤੋਪ ਖਰੀਦੀ ਗਈ ਜਿਹੜੀ ਉੱਚੇ ਥਾਂ 'ਤੇ ਗੋਲਾ ਸੁੱਟਦੀ ਆ, ਉਹਦੇ ਮੁਕਾਬਲੇ ਦੀ ਹੋਰ ਕੋਈ ਤੋਪ ਨਹੀਂ ਸੀ। ਪਰ ਉਹਨੂੰ ਕਲਹਿਣੀ ਇਸ ਕਰਕੇ ਗਿਣਿਆ ਗਿਆ ਕਿਉਂਕਿ ਉਹਦੇ 'ਚ ਲੈਣ ਦੇਣ ਬਹੁਤ ਹੋਇਆ ਸੀ, ਦਲਾਲੀ ਕਈ ਲੋਕਾਂ ਨੇ ਖਾਧੀ ਸੀ। ਉਦੋਂ ਬਾਅਦ ਕਿਹੜਾ ਸੌਦਾ ਜਿਹਦੇ ਵਿੱਚ ਗੜਬੜ ਨਹੀਂ ਹੋਏ? ਨੇਵੀ ਦੇ ਵਾਸਤੇ ਅਸੀਂ ਇੱਕ ਸਮੁੰਦਰੀ ਬੇੜਾ ਰੂਸ ਤੋਂ ਖਰੀਦਿਆ ਤਾਂ ਰੌਲਾ ਪੈ ਗਿਆ। ਅਸੀਂ ਸਕਾਰਪੀਅਨ ਪਣਡੁੱਬੀਆਂ ਲੈਣ ਬਣਾਉਣ ਲੱਗੇ, ਲੈਣ ਵੀ ਲੱਗੇ ਅਤੇ ਬਣਾਉਣ ਵੀ ਲੱਗੇ, ਉਹਦੇ ਵਿੱਚ ਰੌਲਾ ਪੈ ਗਿਆ। ਅਗਸਤਾ ਹੈਲੀਕਾਪਟਰ ਲੈਣੇ ਸੀ, ਫੈਸਲਾ ਵਾਜਪੇਈ ਸਰਕਾਰ ਨੇ ਕੀਤਾ, ਸਿਰੇ ਮਨਮੋਹਨ ਸਿੰਘ ਦੀ ਸਰਕਾਰ ਨੇ ਚੜ੍ਹਾਇਆ, ਰੌਲਾ ਉਹਦੇ 'ਚ ਵੀ ਪੈ ਗਿਆ। ਇਹ ਸਾਰੇ ਸੌਦਿਆਂ 'ਚ ਰੌਲਾ ਪੈਂਦਾ ਰਿਹਾ ਪੈਂਦਾ ਰਿਹਾ। ਮਨਮੋਹਨ ਸਿੰਘ ਦੀ ਸਰਕਾਰ ਜਦੋਂ ਆਖਰੀ ਦੌਰ ਵਿੱਚ ਸੀ ਤਾਂ ਜਦੋਂ ਰੋਜ਼ ਹੀ ਘਪਲੇ ਘੁਟਾਲੇ ਜ਼ਾਹਰ ਹੋ ਰਹੇ ਸਨ, ਉਦੋਂ ਟਾਟਾ ਟਰੱਕਾਂ ਦਾ ਵੀ ਰੌਲਾ ਪਿਆ ਸੀ। ਹੁਣ ਇਹ ਪਤਾ ਲੱਗਾ ਕਿ ਮਨਮੋਹਨ ਸਿੰਘ ਦੀ ਸਰਕਾਰ ਦੇ ਵੇਲੇ ਜੰਗੀ ਜਹਾਜ਼ ਖਰੀਦੇ ਗਏ ਸਨ ਐਮਬਰਾਇਰ, ਉਹਨਾਂ ਦੇ ਵਿੱਚ ਵੀ ਲੈਣ ਦੇਣ ਹੋਇਆ ਅਤੇ ਦਲਾਲੀ ਕੁਛ ਲੋਕਾਂ ਨੇ ਖਾਧੀ ਸੀ ਜੀ। ਉਸ ਦਲਾਲੀ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਨਾਂ ਉਹਦੇ ਪਏ, ਇੱਕ ਤਾਂ ਕੋਈ ਵਿਪਨ ਖੰਨਾ, ਉਸ ਵਿਪਨ ਖੰਨਾ ਦੇ ਨਾਲ ਵਰੁਣ ਗਾਂਧੀ ਦਾ ਨਾਮ ਵੀ ਆ ਰਿਹਾ। ਵਰੁਣ ਗਾਂਧੀ ਦੇ ਸਵਾਲ ਦੇ ਉੱਤੇ ਕਾਂਗਰਸ ਪਾਰਟੀ ਇਸ ਕਰਕੇ ਚੁੱਪ ਹੈ ਕਿ ਜੇ ਇਹ ਚੁੱਕਣ ਤਾਂ ਦੂਜੇ ਕਹਿਣਗੇ ਜੀ ਤੁਹਾਡੇ ਟੱਬਰ 'ਚੋਂ। ਬੀਜੇਪੀ ਇਸ ਕਰਕੇ ਚੁੱਪ ਹੈ ਕਿ ਉਹਨਾਂ ਦਾ ਪਾਰਲੀਮੈਂਟ ਮੈਂਬਰ ਹੈ, ਉਹ ਕਹਿੰਦਾ ਮੇਰਾ ਕੋਈ ਲੈਣ ਦੇਣ ਨਹੀਂ। ਜਿਹੜਾ ਹਥਿਆਰਾਂ ਦਾ ਦਲਾਲ ਇੰਟਰਨੈਸ਼ਨਲ ਲੈਵਲ 'ਤੇ ਕੰਮ ਕਰਦਾ, ਉਹ ਕਹਿੰਦਾ ਲੈਣ ਦੇਣ ਦੇ ਰਾਹੀਂ ਹੋਇਆ। ਪਾਰਲੀਮੈਂਟ ਦੀ ਡਿਫੈਂਸ ਬਾਰੇ ਜਿਹੜੀ ਕਮੇਟੀ ਬਣੀ ਆ, ਉਸ ਕਮੇਟੀ ਦਾ ਇਹ ਮੈਂਬਰ ਸੀ ਅਤੇ ਅੰਦਰੋਂ ਸਾਰੇ ਭੇਤ ਸਾਨੂੰ ਇਹ ਦੱਸਦਾ ਰਿਹਾ। ਜਿਹੜਾ ਵਿਪਨ ਖੰਨਾ, ਉਹਦਾ ਮੁੰਡਾ ਇੱਥੇ ਕਾਂਗਰਸ ਪਾਰਟੀ ਵੱਲੋਂ ਪੰਜਾਬ 'ਚ MLA ਹੁੰਦਾ ਸੀ, ਫਿਰ ਅਸਤੀਫਾ ਦੇ ਗਿਆ। ਉਹ ਕੈਪਟਨ ਅਮਰਿੰਦਰ ਸਿੰਘ ਦਾ ਰਿਸ਼ਤੇਦਾਰ ਵੀ ਸੀ ਪਰ ਸੁਖਬੀਰ ਸਿੰਘ ਬਾਦਲ ਦਾ ਕਲਾਸਮੇਟ ਵੀ ਸੀ। ਇਹ ਬੜੀਆਂ ਅਜੀਬ ਜਿਹੀਆਂ ਸਥਿਤੀਆਂ ਨੇ ਜਿਨ੍ਹਾਂ ਵਿੱਚ ਬਹੁਤ ਕੁਛ ਨਿਕਲਦਾ ਪਿਆ ਜੀ। ਹੁਣ ਜਿਹੜਾ ਇਹ ਵਰੁਣ ਗਾਂਧੀ ਹੈ, ਉਹਦੇ ਖਿਲਾਫ ਜਦੋਂ ਰੌਲਾ ਪਿਆ ਤਾਂ ਇਹ ਵੀ ਆਖਿਆ ਗਿਆ ਕਿ ਹਨੀ ਟਰੈਪ ਦੇ ਵਿੱਚ ਫਸ ਗਿਆ। ਹਨੀ ਟਰੈਪ ਦਾ ਮਤਲਬ ਹੁੰਦਾ ਕਿ ਕੁੜੀਆਂ ਦੇ ਚੱਕਰ 'ਚ ਅਗਲਿਆਂ ਨੇ ਫਸਾ ਲਿਆ ਅਤੇ ਇਹ ਮੁੜ ਕੇ ਨਿਕਲ ਨਹੀਂ ਸਕਿਆ। ਜਿਹੜਾ ਰੂਸ ਤੋਂ ਬੇੜਾ ਖਰੀਦਣਾ ਸੀ ਗੋਰਸ਼ਕੋਵ ਬੇੜਾ ਖਰੀਦਣ ਲੱਗਿਆ, ਸਾਡਾ ਇੱਕ ਐਡਮਿਰਲ ਗਿਆ ਸੀ ਸਰਦਾਰ, ਸਮੁੰਦਰੀ ਫੌਜ 'ਚ ਐਡਮਿਰਲ ਬਹੁਤ ਵੱਡਾ ਰੈਂਕ ਹੁੰਦਾ, ਜਰਨੈਲਾਂ ਵਰਗਾ ਹੁੰਦਾ, ਉਹਦੇ ਨਾਲ ਵੀ ਇਹ ਹੋਇਆ, ਹਨੀ ਟਰੈਪ 'ਚ ਫਸਿਆ ਸੀ। ਹੁਣ ਇਹ ਵੀ ਹਨੀ ਟਰੈਪ 'ਚ ਫਸਿਆ। ਇਹਦੀ ਮਾਂ ਨੂੰ ਪੁੱਛਿਆ ਗਿਆ, ਮੇਨਕਾ ਗਾਂਧੀ ਨੂੰ, ਕੇਂਦਰ ਸਰਕਾਰ ਦੀ ਮੰਤਰੀ ਆ, ਪ੍ਰੈਸ ਕਾਨਫਰੰਸ ਵਿੱਚ ਬਾਕੀ ਗੱਲਾਂ ਦਾ ਚਰਚਾ ਕਰਦਿਆਂ ਸਵਾਲ ਪੁੱਛਦਾ, ਜੀ ਤੁਹਾਡੇ ਮੁੰਡੇ ਬਾਰੇ ਆਹ ਦੋਸ਼ ਲੱਗਦਾ ਕਿ ਉਹ ਹਨੀ ਟਰੈਪ 'ਚ ਫਸ ਗਿਆ। ਕਹਿੰਦੀ ਹਨੀ ਟਰੈਪ ਨੇ ਪਾਣੀ ਆ ਜੀ, ਚਕਈਆਂ ਨੂੰ ਗੋਤੇ ਆ ਜਾਂਦੇ ਆ, ਇੰਨੀ ਗੱਲ ਕਹਿ ਕੇ ਤੂੰ ਉੱਠ ਕੇ ਚਲੀ ਗਈ। ਇਹਦਾ ਬੜੇ ਲੋਕਾਂ ਨੇ ਆਪੋ ਆਪਣਾ ਅਰਥ ਕੱਢਿਆ। ਪਰ ਇੱਕ ਗੱਲ ਹੁਣ ਇਹ ਵੀ ਹੈ ਕਿ ਐਮਬਰਾਇਰ ਜਿਹੜਾ ਸੌਦਾ ਉਹਨੂੰ ਹੋਣ 'ਤੇ ਬੜਾ ਚਿਰ ਹੋ ਗਿਆ, ਅਤੇ ਹੁਣ ਰੌਲਾ ਕਿਉਂ ਪਾਇਆ? ਹੁਣ ਆ ਰਹੀਆਂ ਨੇ ਯੂਪੀ ਦੀਆਂ ਚੋਣਾਂ ਪੰਜਾਬ ਦੇ ਨਾਲ, ਯੂਪੀ ਦੀਆਂ ਚੋਣਾਂ ਦੇ ਵਿੱਚ ਬੀਜੇਪੀ ਦੇ ਇੱਕ ਹਿੱਸੇ ਨੇ ਇਹ ਗੱਲ ਚੁੱਕ ਦਿੱਤੀ ਕਿ ਵਰੁਣ ਗਾਂਧੀ ਨੂੰ ਉੱਥੇ ਮੁੱਖ ਮੰਤਰੀ ਬਣਾਇਆ ਜਾਵੇ। ਉੱਥੇ ਵੱਡੇ ਵੱਡੇ ਬੋਰਡ ਲੱਗ ਗਏ ਕਿ ਯੂਪੀ ਕਾ ਉੱਤਰ ਪ੍ਰਦੇਸ਼ ਕਾ ਮੁੱਖ ਮੰਤਰੀ ਕੈਸਾ ਹੋ, ਵਰੁਣ ਗਾਂਧੀ ਜੈਸਾ ਹੋ। ਫਿਰ ਉਹਨੂੰ ਸੱਦ ਕੇ ਨਰਿੰਦਰ ਮੋਦੀ ਨੇ ਸਮਝਾਇਆ ਕਿ ਤੂੰ ਅਜੇ ਐਡੇ ਕੱਦ ਵਾਲਾ ਨਹੀਂ ਅਤੇ ਬਦੋ ਬਦੀ ਤੂੰ ਮੁੱਖ ਮੰਤਰੀ ਨਾ ਬਣਦਾ, ਫਿਰ ਆਰਾਮ ਨਾਲ ਬੈਠ। ਮੁੰਡਾ ਚੁੱਪ ਕਰਕੇ ਬੈਠ ਗਿਆ। ਉਹਦੇ ਚੁੱਪ ਕਰਕੇ ਬੈਠਣ ਦੇ ਬਾਵਜੂਦ ਜਿਹੜੇ ਬੀਜੇਪੀ ਦੇ ਵਿੱਚ ਉਹਦੇ ਵਿਰੋਧੀ ਆ ਉਹ ਇਸ ਮੁੱਦੇ ਨੂੰ ਚੁੱਕ ਰਿਹਾ, ਜਿਹੜੇ ਉਹਦੇ ਪੱਖ ਵਾਲੇ ਆ ਉਹ ਇਸ ਕਰਕੇ ਚੁੱਪ ਨੇ ਕਿ ਜੇ ਬਦਨਾਮੀ ਹੁੰਦੀ ਆ ਤਾਂ ਬੀਜੇਪੀ ਦੀ ਵੀ ਨਾਲ ਮਿੱਟੀ ਪੁੱਟੀ ਜਾਣੀ ਆ, ਕਿ ਬੀਜੇਪੀ ਵੱਲੋਂ ਪਾਰਲੀਮੈਂਟ ਦੀ ਡਿਫੈਂਸ ਮਾਮਲਿਆਂ ਦੀ ਕਮੇਟੀ ਦਾ ਇਹ ਮੈਂਬਰ ਸੀ, ਇਹੋ ਜਿਹੇ ਬੰਦੇ ਇੱਦਾਂ ਕਰਦੇ ਨੇ,
ਉੱਦਾਂ ਬੀਜੇਪੀ 'ਚ ਹੋਰ ਵੀ ਬਹੁਤ ਲੋਕ ਨੇ ਜਿਨ੍ਹਾਂ ਉੱਤੇ ਇਹੋ ਜਿਹੇ ਦੋਸ਼ ਲੱਗਦੇ ਆ, ਪਰ ਇਹਦਾ ਮਾਮਲਾ ਵੱਖਰਾ ਆ ਜਾਂਦਾ। ਹੁਣ ਇਹਦੇ ਤੋਂ ਉਹਦੀ ਮਾਤਾ ਜਿਹੜੀ ਮੇਨਕਾ ਗਾਂਧੀ, ਉਹ ਵੀ ਮੁਸ਼ਕਲ 'ਚ ਆ, ਉਹ ਆਪ ਵੀ ਮੁਸ਼ਕਲ 'ਚ ਆ। ਪਰ ਸਭ ਤੋਂ ਵੱਧ ਮੁਸ਼ਕਲ ਇਸ ਮਾਮਲੇ ਵਿੱਚ ਵੀ ਕਾਂਗਰਸ ਪਾਰਟੀ ਵਾਲਿਆਂ ਵਾਸਤੇ ਹੈ ਕਿ ਜੇ ਵਰੁਣ ਗਾਂਧੀ ਜਾਂ ਵਿਪਨ ਖੰਨਾ ਜਿਹੜਾ ਉਹਨਾਂ 'ਚੋਂ ਕਿਸੇ ਦੀ ਚਰਚਾ ਕਰਨਗੇ ਅਤੇ ਨਾਲ ਚਰਚਾ ਇਹ ਹੋਣੀ ਆ ਕਿ ਕੋਲਿਆਂ ਦੇ ਸਕੈਂਡਲ ਦੇ ਵਿੱਚ 20 ਲੱਖ ਕਰੋੜ ਦਾ ਘਪਲਾ ਤੁਹਾਡੇ ਵੇਲੇ ਹੋਇਆ ਜੀ, ਟੈਲੀਕਾਮ ਦਾ ਘਪਲਾ 2G ਵਾਲਾ, 2G ਸਪੈਕਟਰਮ ਦਾ 2.25 ਲੱਖ ਕਰੋੜ ਦਾ ਤੁਹਾਡੇ ਵੇਲੇ ਹੋਇਆ, ਬਿਲਕੁਲ ਕਾਮਨਵੈਲਥ ਖੇਡਾਂ ਦਾ ਘਪਲਾ ਤੁਹਾਡੇ ਵੇਲੇ ਹੋਇਆ, ਜਿਹੜਾ ਮੁੰਬਈ 'ਚ ਬਣੀ ਸੀ ਕਾਰਗਿਲ ਦੇ ਸ਼ਹੀਦ ਫੌਜੀਆਂ ਦੇ ਨਾਂ ਦੇ ਉੱਤੇ ਆਦਰਸ਼ ਸੁਸਾਇਟੀ, ਉਹਦਾ ਘਪਲਾ ਤੁਹਾਡੇ ਨਾਂ 'ਤੇ ਹੋਇਆ। ਕੋਈ ਇਹੋ ਜਿਹਾ ਘਪਲਾ ਵੀ ਹੈਗਾ ਜਿਹੜਾ ਕਾਂਗਰਸ ਪਾਰਟੀ ਦੇ ਨਾਂ 'ਤੇ ਨਹੀਂ ਹੋਇਆ, ਪਰ ਇਸ ਗੱਲ ਨੂੰ ਬੀਜੇਪੀ ਇਸ ਵੇਲੇ ਨਹੀਂ ਚੁੱਕ ਰਹੀ। ਉਹਦਾ ਕਾਰਨ ਇੱਕੋ ਹੀ ਹੈ ਕਿ ਜਿੰਨੇ ਘਪਲੇ ਸੀ ਉਹਨਾਂ ਸਾਰਿਆਂ 'ਚ 2 ਬੰਦੇ ਉੱਧਰ ਦੇ, 3 ਇੱਧਰ ਦੇ ਬੀਜੇਪੀ ਵਾਲੇ ਵੀ ਵਿੱਚੋਂ ਬਚੇ ਨਹੀਂ। ਜੇ ਬੋਫਰਸ ਤੋਪ ਦਾ ਘਪਲਾ ਸੀ, ਉਹਦੇ 'ਚ ਕਿੰਗ ਪਿੰਨ ਸੀ ਓਟਾਵਿਓ ਕੁਆਤਰੋਚੀ, ਉਹ ਸੋਨੀਆ ਗਾਂਧੀ ਦਾ ਪੇਕਿਆਂ ਵਾਲੇ ਪਾਸੇ ਰਿਸ਼ਤੇਦਾਰ ਸੀ, ਪਰ ਨਾਲ 3 ਹਿੰਦੂਜਾ ਭਰਾ ਫਸਦੇ ਸਨ ਜਿਹੜੇ ਪ੍ਰਧਾਨ ਮੰਤਰੀ ਵਾਜਪਾਈ ਸਾਹਿਬ ਬੀਜੇਪੀ ਲੀਡਰ ਦੇ ਨੇੜੇ ਸਨ, ਬਿੰਦ ਚੱਡਾ ਫਸਦਾ ਸੀ ਬੀਜੇਪੀ ਦੇ ਨੇੜੇ ਸੀ। ਉਹਦੇ ਤੋਂ ਬਾਅਦ ਜੇ ਅਗਸਤਾ ਹੈਲੀਕਾਪਟਰ ਦਾ ਮਾਮਲਾ ਸੀ ਅਤੇ ਮਨਮੋਹਨ ਸਿੰਘ ਗੱਲ ਆਉਂਦੀ ਸੀ ਅਤੇ ਫੈਸਲਾ ਵਾਜਪਾਈ ਸਰਕਾਰ ਦੇ ਵੇਲੇ ਹੋਇਆ ਸੀ, ਗੱਲ ਉਹਨਾਂ 'ਤੇ ਵੀ ਆਉਂਦੀ ਸੀ। ਹੁਣ ਵੀ ਅੰਬਰੈਰ ਦੇ ਮਾਮਲੇ 'ਚ ਜੇ ਮਨਮੋਹਨ ਸਿੰਘ ਦੇ ਖਿਲਾਫ਼ ਇਹ ਮੁੱਦਾ ਚੁੱਕਦੇ ਆ ਅਤੇ ਨਾਲ ਹੀ ਮੁੱਦਾ ਇਹ ਚੁੱਕਿਆ ਜਾਣਾ ਕਿ ਤੁਸੀਂ ਆਹ 2.5 ਸਾਲਾਂ ਤੋਂ ਇਹ ਗੱਲ ਇਸ ਕਰਕੇ ਲੁਕਾ ਕੇ ਰੱਖੀ ਕਿ ਤੁਹਾਡੇ ਆਪਣੇ ਬੰਦੇ ਵਿੱਚ ਫਸਦੇ ਸੀ, ਖਾਸ ਤੌਰ 'ਤੇ ਵਰੁਣ ਗਾਂਧੀ ਫਸਦਾ ਸੀ, ਅਤੇ ਹੁਣ ਇਸ ਕਰਕੇ ਚੁੱਕ ਰਹੇ ਹੋ ਕਿਉਂਕਿ ਵਰੁਣ ਗਾਂਧੀ ਮੁੱਖ ਮੰਤਰੀ ਉਹ ਬਣਨ ਦਾ ਅਹੁਦੇ ਦਾ ਦਾਅਵੇਦਾਰ ਹੈ। ਇਹਦਾ ਕਰਕੇ ਬੀਜੇਪੀ ਅਜੇ ਤੱਕ ਇਸ ਮੁੱਦੇ ਨੂੰ ਚੁੱਕ ਨਹੀਂ ਰਹੀ, ਕੋਸ਼ਿਸ਼ ਇਹ ਕਰਦੇ ਪਏ ਕਿ ਮਸਲਾ ਕਿਸੇ ਨਾ ਕਿਸੇ ਤਰੀਕੇ ਨੱਪਿਆ ਜਾਵੇ ਅਤੇ ਨੱਪਿਆ ਰਹਿਣ ਜੀ। ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ। ਖਬਰਾਂ ਦੇ ਇਸ ਬੁਲੇਟਿਨ ਵਿੱਚ ਮੈਂ ਹਾਂ ਚਮਨ ਕੁਮਾਰ। ਅੱਜ ਦੇ ਪ੍ਰੋਗਰਾਮ ਮੁੱਦੇ ਗੱਡੇ ਰਹਿਣਗੇ ਵਿੱਚ ਭਾਗ ਲੈਣ ਲਈ ਮੇਰੇ ਨਾਲ ਨੇ ਸ਼੍ਰੀ ਪੰਗਾ। ਜੇ ਇੰਨੇ ਸਾਲਾਂ 'ਚ ਟੀਵੀ ਸੈੱਟ ਬਦਲ ਸਕਦਾ ਹੈ ਤਾਂ ਟੀਵੀ ਪ੍ਰੋਗਰਾਮ ਕਿਉਂ ਨਹੀਂ? ਹੁਣ ਪ੍ਰਾਈਮ ਏਸ਼ੀਆ ਟੀਵੀ ਲੈ ਕੇ ਆਇਆ ਉਹ ਚੇਂਜ। ਮੈਂ ਹਾਂ ਜੁਗਰਾਜਦੀਪ ਸਿੰਘ। ਖਬਰ ਕੋਈ ਵੀ ਹੋਵੇ ਅਸੀਂ ਦਿੰਦੇ ਹਾਂ ਨਿਰਪੱਖਤਾ ਨਾਲ, ਕਿਉਂਕਿ ਅਸੀਂ ਰੱਖਦੇ ਹਾਂ ਹਰ ਖਬਰ 'ਤੇ ਬਾਜ਼ ਨਜ਼ਰ। ਅਤੇ ਮੈਂ ਹਾਂ ਜਤਿੰਦਰ ਪੰਨੂ। ਮੁੱਦੇ ਜਾਂ ਘਟਨਾਵਾਂ, ਧਾਰਮਿਕ ਜਾਂ ਇਤਿਹਾਸਿਕ, ਖੋਲਣ ਦਾ ਕੰਮ ਸਾਡਾ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ। ਤੇ ਮੈਂ ਹਾਂ ਹਰਮਨਥਨ। ਤੇ ਤਵਾ ਜਿਵੇਂ ਅਸੀਂ ਲਾਉਨੇ ਆ, ਕੋਈ ਨਹੀਂ ਲਾਉਂਦਾ। ਮੈਂ ਪ੍ਰਿਥੀਪਾਲ ਸਿੰਘ ਸੋਹੀ। ਮੈਂ ਲੈ ਕੇ ਆਵਾਂਗਾ ਖਬਰਾਂ ਤੇ ਤਬਸਰਾ। ਲਾਈਟਸ, ਕੈਮਰਾ, ਐਕਸ਼ਨ, ਐਂਟਰਟੇਨਮੈਂਟ ਬਿਯੋਂਡ ਇਮੇਜਿਨੇਸ਼ਨ। ਮੈਂ ਰੂਪ ਕੌਰ ਲੈ ਕੇ ਆਵਾਂਗੀ ਗਲੈਮਰ ਦੀ ਦੁਨੀਆ ਦੇ ਰਾਜ਼, ਕਿਉਂਕਿ ਟੈਨਸ਼ਨਸ ਐਂਡ ਸਟ੍ਰੈਸ ਤੋਂ ਦੂਰ ਐਂਟਰਟੇਨਮੈਂਟ ਵੀ ਚਾਹੀਦਾ ਹਜ਼ੂਰ। ਮੈਂ ਹਾਂ ਸਵਰਨ ਸਿੰਘ ਟੈਣਾ। ਬਹੁਤ ਵਿਸ਼ਾਲ ਹੈ ਖਬਰਾਂ ਦਾ ਇਹ ਸੰਸਾਰ, ਤੇ ਹਰ ਖਬਰ ਵਿਚਲੀ ਖਬਰ ਦੀ ਖਬਰ ਲੈਂਦੇ ਹਾਂ ਅਸੀਂ। ਸੁਪਨ ਸੰਧੂ ਦੇ ਸੰਗ ਤੁਸੀਂ ਮਾਣੋਗੇ ਸਾਹਿਤ, ਇਤਿਹਾਸ ਤੇ ਸੱਭਿਆਚਾਰ ਦੇ ਰੰਗ। ਮੈਂ ਹਾਂ ਅਵਨੀਤ ਸਿੰਘ ਤੇਜਾ। ਪ੍ਰਾਈਮ ਇਲੈਕਸ਼ਨ ਵਿੱਚ ਨੇਤਾਵਾਂ ਦੇ ਦਾਅਵਿਆਂ, ਲਾਰਿਆਂ ਅਤੇ ਸਿਆਸੀ ਕੋਲ ਦੇ ਰੈਫਰੀ ਹਾਂ ਅਸੀਂ। ਮੇਰਾ ਨਾਮ ਤੂਬਾ ਅੰਜੁਮ ਹਾਸ਼ਮੀ। ਹਮ ਦੇਂਗੇ ਆਪਕੋ ਆਗਾਹੀ ਸਰਹੱਦ ਪਾਰ ਕੇ ਮਾਮਲਾਤ ਕੀ, ਹਿੰਦੁਸਤਾਨ ਔਰ ਪਾਕਿਸਤਾਨ ਕੀ, ਇਨ ਕ੍ਰਾਈਮ ਪਾਕਿਸਤਾਨ। ਮੈਂ ਦਵਿੰਦਰ ਸਿੰਘ ਬੈਨੀਪਾਲ। ਤੁਹਾਡੀ ਕਚਹਿਰੀ ਵਿੱਚ ਤੁਹਾਡੇ ਜਜ਼ਬਾਤਾਂ ਨੂੰ ਸਵਾਲ ਬਣਾ ਕੇ ਪੇਸ਼ ਕਰਦਾ ਆਪਣੇ ਮਹਿਮਾਨਾਂ ਅੱਗੇ। ਅਸੀਂ ਦਿੰਦੇ ਹਾਂ ਤੁਹਾਡੇ ਜਜ਼ਬਾਤਾਂ ਨੂੰ ਆਵਾਜ਼। ਮਿਹਨਤ ਅਦਾਕਾਰਾਂ ਦੀ, ਮਸ਼ਹੂਰੀ ਟੀਵੀ ਤੇ ਅਖਬਾਰਾਂ ਦੀ, ਕਰੋੜਾਂ ਲਾ ਕੇ ਫਿਲਮ ਬਣੀ ਪਰ ਤੁਸੀਂ ਵੇਖ ਸਕਦੇ ਹੋ ਜਾਂ ਨਹੀਂ, ਦੱਸਾਂਗੀ ਮੈਂ ਕੁਸੁਮ ਪ੍ਰਾਈਮ ਰਿਵਿਊ ਵਿੱਚ। ਮੈਂ ਸਪਨ ਮੰਚਨ ਦਾ। ਖਬਰਾਂ ਦੀ ਵਧਾਵਾਂਗੇ ਰਫਤਾਰ, ਫਿਲਮ ਇੰਡਸਟਰੀ ਦੀ ਵੀ ਲਵਾਂਗੇ ਸਾਰ, ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਹਰ ਫਨਕਾਰ, ਚੰਗੇ ਦੀ ਹੋਵੇਗੀ ਪ੍ਰਸ਼ੰਸਾ ਤੇ ਮਾੜੇ ਤੇ ਵੀ ਕਰਾਂਗੇ ਵਿਚਾਰ। ਅੰਗਰੇਜ਼ ਤੇ ਅਰਦਾਸ ਵਰਗੀਆਂ ਸੁਪਰ ਹਿੱਟ ਫਿਲਮਾਂ ਨਾਲ ਪੰਜਾਬੀ ਫਿਲਮ ਇੰਡਸਟਰੀ ਨੂੰ ਚੇਂਜ ਕਰਨ ਤੋਂ ਬਾਅਦ ਅਮਨ ਖਟਕਰ ਲੈ ਕੇ ਆਏ ਨੇ ਟੀਵੀ ਦੀ ਦੁਨੀਆ ਵਿੱਚ ਵੱਡੀ ਚੇਂਜ। ਪ੍ਰਾਈਮ ਏਸ਼ੀਆ ਟੀਵੀ ਤੁਹਾਡੇ ਸਹਿਯੋਗ ਨਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ।
ਪਨੂਸਾ ਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਤੇ ਉਪ ਚੇਅਰਮੈਨ ਲਾਉਣ ਦਾ ਫੈਸਲਾ ਕੀਤਾ ਸੀ ਤੇ ਹੁਣ ਇਸ ਫੈਸਲੇ ਤੇ ਕਾਨੂੰਨੀ ਅੜਿੱਕਾ ਪੈ ਗਿਆ ਹੈ। ਹੁਣ ਇਸ ਅੜਿੱਕੇ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਪਹਿਲਾਂ ਲੋਕਾਂ ਨੂੰ ਇਹਦਾ ਬਹੁਤਾ ਪਤਾ ਹੀ ਨਹੀਂ ਹੁੰਦਾ ਜੀ, ਪੜ੍ਹਿਆ ਲਿਖਿਆ ਨੂੰ ਪਤਾ ਹੁੰਦਾ ਸੀ ਜਿਨ੍ਹਾਂ ਨੇ ਟੈਸਟ ਦੇ ਕੇ ਸਿੱਧੇ ਜੱਜ ਬਣਨਾ, ਜਾਂ ਪਤਾ ਹੁੰਦਾ ਸੀ ਕੁਛ ਚੁਣਵੇਂ ਦਲਾਲਾਂ ਨੂੰ। ਰੌਲਾ ਉਦੋਂ ਪਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਤੇ ਇਹਨਾਂ ਨੇ ਪਬਲਿਕ ਸਰਵਿਸ ਕਮਿਸ਼ਨ ਦਾ ਉਦੋਂ ਦਾ ਚੇਅਰਮੈਨ ਰਵੀ ਸਿੱਧੂ ਫੜ ਲਿਆ। ਉਹ ਪਿੱਛੋਂ ਸਾਡੀ ਬਰਾਦਰੀ 'ਚੋਂ ਸੀ, ਪੱਤਰਕਾਰ ਸੀ, ਪੱਤਰਕਾਰ ਬਰਾਦਰੀ 'ਚੋਂ ਹੋਣ ਕਰਕੇ ਕਈ ਪੱਤਰਕਾਰਾਂ ਨੂੰ ਜਾਪਿਆ ਕਿ ਇਹ ਵਿਕਟੀਮਾਈਜ਼ ਕੀਤਾ ਜਾ ਰਿਹਾ, ਬੰਦੇ ਨਾਲ ਜ਼ਿਆਦਤੀ ਹੋ ਰਹੀ ਹੈ। ਫਿਰ ਜਿਸ ਦਿਨ ਉਹਦੇ ਲਾਕਰ ਖੋਲ੍ਹੇ ਗਏ ਅਤੇ ਚੰਡੀਗੜ੍ਹ ਦੇ ਬੈਂਕ 'ਚੋਂ ਉਹਦੇ ਲਾਕਰ 'ਚੋਂ ਇੰਨੇ ਨੋਟ ਨਿਕਲੇ ਅਤੇ ਬੈਂਕ ਦੇ ਲਾਕ ਜਿਹੜਾ ਫਰਸ਼ ਆ ਉਹਦੇ ਉੱਤੇ ਦਰੀ ਨਾਲੋਂ ਜ਼ਿਆਦਾ ਥਾਂ ਉਹਨਾਂ ਨੋਟਾਂ ਨਾਲ ਢੱਕਿਆ ਗਿਆ। ਓਕੇ, ਉਹ 'ਚ ਫਸ ਗਿਆ। ਗੱਲ ਇਹ ਨਿਕਲੀ ਕਿ ਉਹਨੇ ਕੁਛ ਚੋਣਵੇਂ ਦਲਾਲ ਰੱਖੇ ਸਨ ਜਿਨ੍ਹਾਂ ਦੇ ਰਾਹੀਂ ਪੀ ਸੀ ਐੱਸ ਜੁਡੀਸ਼ੀਅਲ ਅਤੇ ਪੀ ਸੀ ਐੱਸ ਐਗਜੈਕਟਿਵ ਦੀਆਂ ਪੋਸਟਾਂ ਵੇਚਦਾ ਸੀ, ਪੈਸੇ ਲੈ ਕੇ ਭਰਤੀਆਂ ਹੁੰਦੀਆਂ ਸਨ। ਹਾਈ ਕੋਰਟ ਦੇ 3 ਜੱਜਾਂ ਦੇ ਨਾਮ ਵੀ ਉਹਦੇ 'ਚ ਆ ਗਏ ਕਿ ਇਹਨਾਂ ਨੇ ਆਪਣੇ ਬੱਚੇ ਸਿਲੈਕਟ ਕਰਾਏ ਆ। ਇੱਕ ਪੰਜਾਬ ਦਾ ਬੜਾ ਬਦਨਾਮ ਐੱਸ ਐੱਸ ਪੀ ਸੀ, ਉਹਦੇ ਪਰਿਵਾਰ ਦੇ ਜੀਆਂ ਦੇ ਨਾਮ ਵੀ ਆ ਗਏ। ਉਹਨੂੰ ਲਾਇਆ ਸੀ ਕਾਂਗਰਸੀ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨੇ, ਪਰ ਜਿਹੜੀ ਕਰਪਸ਼ਨ ਉਹਨੇ ਕੀਤੀ ਉਹ ਬਾਦਲ ਸਾਹਿਬ ਦੇ ਤੀਸਰੇ ਮੁੱਖ ਮੰਤਰੀ ਹੋਣ ਸਮੇਂ 1997 ਤੋਂ 2002 ਤੱਕ ਕੀਤੀ ਸੀ। ਫਿਰ ਇਹ ਆਖਿਆ ਗਿਆ ਜੀ ਪਬਲਿਕ ਸਰਵਿਸ ਕਮਿਸ਼ਨ ਨੂੰ ਪਬਲਿਕ ਕਰਪਸ਼ਨ ਕਮਿਸ਼ਨ ਨਾ ਬਣਾਓ, ਸੰਭਾਲੋ। ਸੰਭਲ ਕੇ ਚੱਲਦਾ ਰਿਹਾ। ਬਾਦਲ ਸਾਹਿਬ 2007 ਵਿੱਚ ਚੌਥੀ ਵਾਰ ਮੁੱਖ ਮੰਤਰੀ ਬਣ ਗਏ। ਜਦੋਂ 2012 'ਚ ਮਿਆਦ ਪੂਰੀ ਹੋਣ ਲੱਗੀ, ਅਚਾਨਕ ਇਹਨਾਂ ਦੇ ਮਨ 'ਚ ਪਤਾ ਨਹੀਂ ਕੀ ਆਇਆ, ਕਦੇ ਨਵਾਂ ਚੇਅਰਮੈਨ ਲਾ ਦਿਓ ਅਤੇ ਹਰੀਸ਼ ਢਾਂਡਾ ਅਕਾਲੀ MLA ਸੀ ਉਹਦਾ ਅਸਤੀਫਾ ਦਵਾਇਆ ਅਤੇ ਚੇਅਰਮੈਨ ਬਣਾ ਦਿੱਤਾ। ਉਹਦੇ ਸਹੁੰ ਚੁੱਕਣ ਤੋਂ ਪਹਿਲਾਂ ਹਾਈਕੋਰਟ 'ਚ ਕੇਸ ਚਲਾ ਗਿਆ ਕਿ ਜਿਹੜਾ ਬੰਦਾ ਕੱਲ੍ਹ ਤੱਕ ਅਕਾਲੀ ਦਲ ਦਾ MLA ਸੀ ਅੱਜ ਉਹਨੂੰ ਤੁਸੀਂ ਇਹੋ ਜਿਹੀ ਕੌਂਸਟੀਟਿਊਸ਼ਨਲ ਪੋਸਟ ਉੱਤੇ ਲਾ ਰਹੇ ਜੇ, ਉੱਥੇ ਜਾ ਕੇ ਇਨਸਾਫ ਕਿੱਦਾਂ ਕਰੂਗਾ? ਉਸ ਕੇਸ ਵਿੱਚ ਗੱਲ ਇੰਨੀ ਅੱਗੇ ਵਧੀ ਕਿ ਉਹ ਦੋਵਾਂ ਪਾਸਿਆਂ ਤੋਂ ਰਹਿ ਗਿਆ। ਅਕਾਲੀ ਦਲ ਨੇ ਟਿਕਟ ਨਾ ਦਿੱਤੀ ਕਿ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਬਣਾਉਣਾ, ਅਤੇ ਹਾਈਕੋਰਟ ਨੇ ਉੱਧਰ ਲੱਗਣ ਨਾ ਦਿੱਤਾ, ਨਾ ਇੱਧਰ ਕੇ ਰਹੇ ਨਾ ਉੱਧਰ ਕੇ ਰਹੇ, ਨਾ ਖੁਦਾ ਹੀ ਮਿਲਾ ਨਾ ਵਸਾਲੇ ਸਨਮ, ਉਹ ਰੁਲ ਕੇ ਰਹਿ ਗਿਆ। ਹੁਣ ਜਦੋਂ ਫਿਰ ਬਾਦਲ ਸਾਹਿਬ ਦੀ ਸਰਕਾਰ ਦਾ ਅਖੀਰਲਾ ਸਾਲ ਚੱਲਦਾ ਪਿਆ, ਜਿੱਦਾਂ ਹਰੀਸ਼ ਢਾਂਡੇ ਨਾਲ ਹੋਈ ਸੀ ਉੱਦਾਂ ਹੀ ਹੁਣ ਕਰ ਲਈ। ਹੁਣ ਇਹਨਾਂ ਸੋਚਿਆ ਕਿ ਇਸ ਵਾਰੀ ਜਾਪਦਾ ਨਹੀਂ ਕਿ ਆਪਾਂ ਦੁਬਾਰਾ ਆ ਸਕੀਏ, ਅੱਗੇ ਦੋ ਵਾਰ ਆ ਗਏ, ਹੁਣ ਤੀਸਰੀ ਵਾਰ ਦੀ ਝਾਕ ਬਹੁਤੀ ਨਹੀਂ। ਇਹਨਾਂ ਨੇ ਸੋਚਿਆ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਜਿਹੜਾ ਗਾਈਡਡ ਪੋਸਟਾਂ ਦੀ ਭਰਤੀ ਕਰਦਾ, ਅਤੇ ਪੰਜਾਬ ਸਬਆਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਜਿਹੜੇ ਕਲਾਸ 3 ਦੇ ਮੁਲਾਜ਼ਮ, ਖੁਰਾਕ ਸਪਲਾਈ ਦੇ ਇੰਸਪੈਕਟਰ, ਟੀਚਰ, ਇਹਨਾਂ ਸਾਰਿਆਂ ਦੀ ਭਰਤੀ ਉਹਦੇ ਥਰਾਂ ਹੁੰਦੀ ਆ, ਉਹਨਾਂ ਸਾਰਿਆਂ 'ਚ ਇੱਕ ਇੱਕ ਚੇਅਰਮੈਨ ਲੱਗਾ, ਅਤੇ ਚੇਅਰਮੈਨਾਂ ਦੀ ਮਿਆਦ ਕੱਲ੍ਹ ਨੂੰ ਮੁੱਕ ਸਕਦੀ ਆ। ਉਹਦੇ ਨਾਲ ਇੱਕ ਇੱਕ ਉਪ ਚੇਅਰਮੈਨ ਲਾ ਦਿਓ, ਵਾਈਸ ਚੇਅਰਮੈਨ, ਤਾਂ ਕਿ ਅਗਲੇ 5 ਸਾਲ ਸਾਡਾ ਬੰਦਾ ਉਸ ਬੋਰਡ 'ਚ ਇੱਕ ਫਸਿਆ ਬੈਠਾ ਰਹੇਗਾ। ਆਪਣੀ ਸਰਕਾਰ 'ਚੋਂ ਉਹਨਾਂ ਪਾਸ ਕਰਾਤਾ ਮੰਤਰੀ ਮੰਡਲ ਤੋਂ, ਇੱਥੋਂ ਓਕੇ ਕੇਸ ਜਾਣਾ ਸੀ ਫਿਰ ਓਕੇ ਕਰਾਉਣ ਵਾਸਤੇ LR ਦੇ ਕੋਲ। LR ਹੁੰਦਾ ਲੀਗਲ ਰਿਮੈਂਬਰੈਂਸਰ, ਜਿਹੜਾ ਲੀਗਲ ਰਿਮੈਂਬਰੈਂਸਰ ਆ ਉਹਨੇ ਕਾਨਸਟੀਟਿਊਸ਼ਨ ਦੇ ਮੁਤਾਬਕ ਦੱਸਣਾ ਹੁੰਦਾ ਹੋ ਸਕਦਾ ਕਿ ਨਹੀਂ ਹੋ ਸਕਦਾ। ਉਹਨੇ ਕਹਾ ਜੀ ਪਬਲਿਕ ਸਰਵਿਸ ਕਮਿਸ਼ਨ ਤੁਸੀਂ ਪੰਜਾਬ ਵਾਲਿਆਂ ਨਹੀਂ ਬਣਿਆ, ਇਹ ਪਾਰਲੀਮੈਂਟ ਦੇ ਵਿੱਚੋਂ ਇੱਕ ਐਕਟ ਪਾਸ ਹੋਇਆ ਅਤੇ ਉਹਦੇ ਮੁਤਾਬਕ ਬਣਿਆ। ਉੱਥੇ ਆਖਿਆ ਗਿਆ ਕਿ ਇਹਦੇ ਇੰਨੇ ਮੈਂਬਰ ਹੋਣਗੇ ਅਤੇ ਇਹਦਾ ਇੱਕ ਚੇਅਰਮੈਨ ਹੋਵੇਗਾ, ਉੱਥੇ ਵਾਈਸ ਚੇਅਰਮੈਨ ਦੀ ਪੋਸਟ ਹੀ ਹੈ ਨਹੀਂ। ਪੰਜਾਬ ਸਬਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਬਣਾਇਆ ਗਿਆ ਅਤੇ ਪਾਰਲੀਮੈਂਟ ਤੋਂ ਮਨਜ਼ੂਰੀ ਲਈ ਗਈ ਹੈ, ਉਹਦਾ ਇੱਕ ਚੇਅਰਮੈਨ ਜਾਂ ਚੇਅਰਪਰਸਨ ਹੋ ਸਕਦਾ, ਪਰ ਡਿਪਟੀ ਚੇਅਰਪਰਸਨ ਜਾਂ ਵਾਈਸ ਚੇਅਰਮੈਨ ਦੀ ਪੋਸਟ ਹੀ ਉੱਥੇ ਕੋਈ ਨਹੀਂ, ਅਤੇ ਤੁਸੀਂ ਲਾ ਕੇ ਦੱਸ ਸਕਦੇ ਹੋ। ਜੇ ਲਾਉਣਾ ਤਾਂ ਉਹਦਾ ਇੱਕੋ ਤਰੀਕਾ ਕਿ ਪਾਰਲੀਮੈਂਟ ਦੇ ਵਿੱਚੋਂ ਫਿਰ ਉਸ ਐਕਟ ਦੇ ਵਿੱਚ ਕੌਂਸਟੀਟਿਊਸ਼ਨ 'ਚ ਅਮੈਂਡਮੈਂਟ ਕਰਾਈ ਜਾਵੇ, ਕੌਂਸਟੀਟਿਊਸ਼ਨ ਅਮੈਂਡਮੈਂਟ ਕਰਕੇ ਅਤੇ ਪੋਸਟਾਂ ਨਵੀਆਂ ਕ੍ਰੀਏਟ ਕਰ ਦੇਵੇ, ਤੁਸੀਂ ਜੀ ਲਾਉਣਾ ਲਾ ਲਿਓ, ਉਹਨਾਂ ਚਿਰ ਤੱਕ ਤੁਸੀਂ ਲਾ ਨਹੀਂ ਸਕਦੇ। ਹੁਣ ਬੂਹੇ ਖਲੋਤੀ ਜੰਜ ਅਤੇ ਵਿਨੋ ਕੁੜੀ ਦੇ ਕੰਨ, ਐਨ ਚੋਣਾਂ ਸਿਰ 'ਤੇ ਆਈਆਂ ਪਈਆਂ, ਪਤਾ ਨਹੀਂ ਚੋਣ ਜ਼ਾਬਤਾ ਕਦੋਂ ਲਾਗੂ ਹੋਈ ਨਾ, ਵੈਸੇ ਅਜੇ 2 ਮਹੀਨੇ ਤਾਂ ਹੁੰਦਾ ਨਹੀਂ। ਅੱਗੋਂ ਸਰਦ ਰੁੱਤ ਦਾ ਸੈਸ਼ਨ ਆ ਰਿਹਾ ਜਿਹਨੂੰ ਵਿੰਟਰ ਸੈਸ਼ਨ ਕਹਿੰਦੇ ਪਾਰਲੀਮੈਂਟ ਦਾ, ਪਰ ਉਹਦੇ 'ਚ ਫਟਾਫਟ ਇਹ ਗੱਲ ਰੱਖਣੀ ਅਤੇ ਰੱਖ ਕੇ ਪਾਸ ਕਰਾਉਣੀ ਇਹ ਸੌਖਾ ਨਹੀਂ। ਬਾਦਲ ਸਰਕਾਰ ਜਿਸ ਤਰ੍ਹਾਂ 2012 'ਚ ਹਰੀਸ਼ ਰਾਏ ਢਾਂਡਾ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਬਣਾਉਣ ਦੇ ਸਵਾਲ ਦੇ ਉੱਤੇ ਗਲਤ ਕਦਮ ਚੁੱਕ ਕੇ ਅਤੇ ਆਖਰੀ ਘੜੀ ਫਸ ਗਈ ਸੀ, ਅਤੇ ਹਰੀਸ਼ ਢਾਂਡਾ ਵਾਲਾ ਮਾਮਲਾ ਇਕੱਲਾ ਉਹਦੇ ਤੱਕ ਸੀਮਤ ਨਹੀਂ ਸੀ ਰਿਹਾ,
ਕਈਆਂ ਹੋਰਨਾਂ ਤੱਕ ਵੀ ਮੁੜ ਕੇ ਜਾ ਕੇ ਉਹਦੀ ਮਾਰ ਪਈ ਸੀ ਜੀ। ਤੇ ਅਖੀਰ ਹਾਈ ਕੋਰਟ ਨੇ ਕਹਿਤਾ ਸੀ ਕਿ ਅੱਗੇ ਤੋਂ ਜਿਹੜਾ ਚੇਅਰਮੈਨ ਲਾਉਣਾ ਪਹਿਲਾਂ ਚੇਅਰਮੈਨ ਵਾਸਤੇ ਅਰਜ਼ੀਆਂ ਮੰਗੋ, ਫਿਰ ਅਰਜ਼ੀਆਂ ਸ਼ਾਰਟਲਿਸਟ ਕਰੋ, ਫਿਰ ਬਕਾਇਦਾ ਇੰਟਰਵਿਊ ਕਰੋ, ਫਿਰ ਵੇਖੋ ਯੋਗਤਾ ਕਿਹਦੇ ਕੋਲ ਕਿੰਨੀ ਹੈ ਅਤੇ ਉਹਨੂੰ ਲਾਉਣਾ ਅਤੇ ਲਾ ਦਿਓ। ਇਹ ਕੋਈ ਗੱਲ ਥੋੜ੍ਹੀ ਕਿ ਆਪਣੀ ਪਾਰਟੀ ਦਾ ਇੱਕ ਐੱਮ ਐੱਲ ਏ ਅਤੇ ਅਸਤੀਫਾ ਦਵਾ ਕੇ ਲਾ ਦਿਓ। ਉਸੇ ਤਰ੍ਹਾਂ ਹੀ ਹੁਣ ਫਿਰ ਆਹ ਵਾਈਸ ਚੇਅਰਮੈਨ ਲਾਉਣ ਦੇ ਸਵਾਲ ਦੇ ਉੱਤੇ ਵੀ ਇਹਨਾਂ ਨੇ ਇਸ ਤਰ੍ਹਾਂ ਕਰਤਾ। ਉਹ ਜੇ ਸਿਆਸੀ ਲੀਡਰ ਜਿਹੜੇ ਆ ਇਹੋ ਜਿਹੀਆਂ ਸੰਵਿਧਾਨਿਕ ਪੋਸਟਾਂ ਨੂੰ ਵੀ ਆਪਣੀ ਸਿਆਸੀ ਪਾਰਟੀ ਦਾ ਮੀਤ ਪ੍ਰਧਾਨ ਬਣਾਉਣ ਵਾਂਗ ਹੀ ਸਮਝਦੇ ਆ। ਇੱਕ ਵਾਰੀ 1997 'ਚ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਆ, ਇਹਨਾਂ ਨੇ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਇੱਕ ਇਹੋ ਜਿਹੇ ਬੰਦੇ ਨੂੰ ਮੈਂਬਰ ਬਣਾ ਦਿੱਤਾ ਸੀ ਜਿਹਦੇ ਉੱਤੇ ਦਿੱਲੀ ਵਿੱਚ ਕਤਲ ਦਾ ਕੇਸ ਚੱਲਦਾ ਸੀ ਅਤੇ ਪੰਜਾਬ ਵਿੱਚ ਉਹ ਕਤਲ ਦੇ ਕੇਸਾਂ ਦਾ ਫੈਸਲਾ ਕਰਨ ਵਾਲੇ ਜੁਡੀਸ਼ੀਅਲ ਜੱਜਾਂ ਦੀ ਨੌਕਰੀ ਦੀ ਨਿਯੁਕਤੀ ਕਰਦਾ ਪਿਆ ਸੀ। ਕਮਾਲ ਦੀ ਗੱਲ ਹੈ ਕਿ ਕਤਲ ਦੇ ਕੇਸ ਦਾ ਦੋਸ਼ੀ ਅਤੇ ਪੰਜਾਬ ਵਿੱਚ ਉਹ ਜੱਜਾਂ ਦੀ ਭਰਤੀ ਕਰ ਰਿਹਾ। ਬਾਅਦ ਵਿੱਚ ਭਾਵੇਂ ਉੱਥੋਂ ਦਿੱਲੀ ਤੋਂ ਬਰੀ ਹੋ ਗਿਆ ਉਸ ਮੁਕੱਦਮੇ 'ਚੋਂ, ਪਰ ਇਹਦਾ ਕੋਈ ਕਾਰਨ ਤਾਂ ਨਹੀਂ ਸੀ ਬਣਦਾ। ਹੁਣ ਵੀ ਪੰਜਾਬ ਸਰਕਾਰ ਨੇ ਕਈ ਪੋਸਟਾਂ ਦੇ ਉੱਤੇ ਕਈਆਂ ਚੇਅਰਮੈਨਾਂ, ਕਈਆਂ ਅਥਾਰਟੀਆਂ ਅਤੇ ਕਮਿਸ਼ਨਾਂ ਦੇ ਚੇਅਰਮੈਨ ਉਹ ਬੰਦੇ ਲਾਏ ਆ ਜਿਹੜੇ ਇਹਨਾਂ ਦੇ ਜਾਂ ਤਾਂ ਬਹੁਤ ਚਹੇਤੇ ਅਫਸਰ ਸੀ, ਰਿਟਾਇਰ ਹੋ ਗਏ ਅਤੇ ਰਿਟਾਇਰ ਹੁੰਦੇ ਸਾਰ ਕਿਸੇ ਪੋਸਟ ਦੇ ਉੱਤੇ ਲਾ ਦਿੱਤਾ, ਜਾਂ ਫਿਰ ਉਹ ਲਾਏ ਆ ਜਿਹੜੇ ਅਕਾਲੀ ਦਲ ਦੇ ਵਿੱਚ, ਯੂਥ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਕਮੇਟੀ 'ਚ ਕੁਛ ਅਹੁਦਿਆਂ ਦੇ ਉੱਤੇ ਸੀ। ਇੱਕ ਬੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟਿਵ ਪ੍ਰਧਾਨ ਰਹਿ ਚੁੱਕਾ ਸੀ, ਉਹਨੂੰ ਵੀ ਇਸ ਵੇਲੇ ਇੱਕ ਮਤਲਬ ਇਹੋ ਜਿਹੇ ਕਮਿਸ਼ਨ ਦੇ ਵਿੱਚ ਪਾਇਆ ਪਿਆ। ਯੂਥ ਅਕਾਲੀ ਦਲ ਦੇ ਦੋ ਤਿੰਨ ਪਾਏ ਪਏ, ਆਹ ਹੁਣ ਇੱਕ ਨਵਾਂ ਜਿਹੜਾ ਕੰਮ ਕਰਨ ਲੱਗੇ ਸੀ, ਇੱਥੇ ਜਾ ਕੇ ਠੇਡਾ ਲੱਗ ਗਿਆ। ਇਸ ਠੇਡੇ ਦਾ ਇਸ ਵੇਲੇ ਬਾਦਲ ਸਰਕਾਰ ਨੂੰ ਕੋਈ ਇਲਾਜ ਨਹੀਂ ਲੱਭਦਾ ਜੀ। ਵੇਲਾ ਹੋ ਗਿਆ ਇੱਕ ਹੋਰ ਬ੍ਰੇਕ ਦਾ, ਤੇ ਲੈਣੇ ਆ ਇੱਕ ਛੋਟਾ ਜਿਹਾ ਬ੍ਰੇਕ। ਜੱਜ ਦਾ ਵਿਚਾਰ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਚਰਚਾ ਨੂੰ ਅੱਗੇ ਤੋਰਦੇ ਹਾਂ। ਪਨੂ ਸਾਹਿਬ, ਹਰਿਆਣਾ ਵਿੱਚ ਜਾਟ ਅੰਦੋਲਨਾਂ ਬਾਰੇ ਜਾਂਚ ਕਮੇਟੀ ਨੇ ਹਾਈ ਕੋਰਟ ਨੂੰ ਇੱਕ ਰਿਪੋਰਟ ਸੌਂਪੀ ਆ ਤੇ ਪਰ ਇਸ ਰਿਪੋਰਟ 'ਤੇ ਇੱਕ ਨਵਾਂ ਵਿਵਾਦ ਖੜਾ ਹੋ ਗਿਆ, ਉਹ ਵਿਵਾਦ ਕੀ ਹੈ? ਇਸ ਰਿਪੋਰਟ 'ਤੇ ਵਿਵਾਦ ਖੜਾ ਹੋਣਾ ਹੀ ਸੀ ਕੁਸਮ ਜੀ। ਹਰਿਆਣਾ ਸਰਕਾਰ ਪਹਿਲੇ ਦਿਨ ਤੋਂ ਹੀ ਇਮਾਨਦਾਰੀ ਨਾਲ, ਨੇਕ ਨੀਤੀ ਨਾਲ ਲੋਕਾਂ ਸਾਹਮਣੇ ਨਹੀਂ ਆ ਸਕੀ। ਜਾਟ ਅੰਦੋਲਨ ਸੀ, ਬੜੇ ਹੋਰ ਲੋਕ ਐਜੀਟੇਸ਼ਨਾਂ ਕਰਦੇ, ਉਹਨਾਂ ਵੀ ਕਰ ਲਏ। ਉਹਨਾਂ ਦੀ ਮੰਗ ਜਾਇਜ਼ ਹੈ ਕਿ ਨਜਾਇਜ਼ ਹੈ ਵੱਖਰਾ ਮੁੱਦਾ ਜੀ, ਮੰਨਣੀ ਕਿ ਨਹੀਂ ਮੰਨਣੀ ਵੱਖਰਾ ਮੁੱਦਾ, ਪਰ ਉਹਨਾਂ ਨੇ ਜਿਹੜਾ ਧਮੱਚੜ ਪਾਇਆ ਉਦੋਂ, ਦਿੱਲੀ ਨੂੰ ਪਾਣੀ ਸਪਲਾਈ ਵਾਲੀ ਨਹਿਰ ਵੀ ਤੋੜ ਦਿੱਤੀ, ਬੈਰਿਜ ਵੀ ਪਿੱਛੋਂ ਬੰਦ ਕਰ ਦਿੱਤਾ, ਸੜਕਾਂ ਇਸ ਤਰ੍ਹਾਂ ਬੰਦ ਕਰ ਦਿੱਤੀਆਂ ਕਿ ਆਰਮੀ ਜਦੋਂ ਬਾਅਦ ਵਿੱਚ ਸੱਦੀ ਗਈ ਤੇ ਉਹਨਾਂ ਨੂੰ ਵੀ ਜਹਾਜ਼ਾਂ ਤੇ ਆਉਣਾ ਪਿਆ, ਸੜਕਾਂ ਤੋਂ ਲੰਘਣ ਨੂੰ ਥਾਂ ਨਹੀਂ ਛੱਡਿਆ। ਉਹਦੇ ਦੌਰਾਨ ਪੰਜਾਬੀਆਂ ਤੇ ਖਾਸ ਤੌਰ ਤੇ ਸੈਣੀ ਬਰਾਦਰੀ ਤੇ ਹਮਲੇ ਕੀਤੇ ਗਏ। ਸਭ ਤੋਂ ਮਾੜੀ ਗੱਲ ਇਹ ਸੀ ਕਿ ਦਿੱਲੀ ਤੋਂ ਆਉਂਦਿਆਂ ਮੋਰਥਲ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਢਾਬਾ ਤੇ ਜਿੱਥੇ ਹਰ ਵਕਤ 2-2, 3-300 ਗੱਡੀ ਖੜੀ ਹੁੰਦੀ ਆ, ਉਸ ਢਾਬੇ ਦੇ ਉੱਤੇ ਜਾ ਕੇ ਹਮਲਾ ਕਰਕੇ ਬਾਹਰੋਂ ਆਏ ਲੋਕਾਂ ਦੀ ਭੰਨ ਤੋੜ ਵੀ ਕੀਤੀ ਗਈ, ਲੁੱਟਮਾਰ ਵੀ ਕੀਤੀ ਗਈ, ਔਰ ਖਾਸ ਤੌਰ 'ਤੇ ਲੜਕੀਆਂ ਨਾਲ ਜਿੰਨਾ ਜ਼ੁਲਮ ਉੱਥੇ ਹੋਇਆ, ਨਾਲ ਦੇ ਖੇਤਾਂ 'ਚ ਪਏ ਉਹਨਾਂ ਦੇ ਕੱਪੜੇ ਟੀਵੀ ਚੈਨਲਾਂ ਨੇ ਵਿਖਾ ਦਿੱਤੇ, ਪਰ ਹਰਿਆਣੇ ਦੀ ਸਰਕਾਰ ਆਖੇ ਹੋਇਆ ਕੱਖ ਨਹੀਂ। ਜਦੋਂ ਬਾਅਦ 'ਚ ਇਨਕੁਆਇਰੀ ਹੋਈ ਤਾਂ ਢਾਬੇ ਵਾਲੇ ਨੇ ਰੋ ਰੋ ਕੇ ਆਖਿਆ ਕਿ ਮੈਨੂੰ ਇਹ ਆਖਿਆ ਗਿਆ ਸੀ ਤੂੰ ਨਾਂ ਨਾ ਲਈ। ਇਹ ਵੀ ਕੁਛ ਹੁੰਦਾ ਰਿਹਾ, ਹਰਿਆਣਾ ਦੀ ਸਰਕਾਰ ਪੋਚੇ ਪਾਉਂਦੀ ਰਹੀ। ਹਾਈ ਕੋਰਟ ਨੇ ਸਖ਼ਤੀ ਕੀਤੀ, ਇੱਕ ਲਫ਼ਜ਼ ਹੁੰਦਾ ਅਦਾਲਤੀ ਬੋਲੀ 'ਚ ਐਮੀਕਸ ਕਿਊਰੀ, ਉਹਦਾ ਮਤਲਬ ਹੁੰਦਾ ਅਦਾਲਤ ਮਿੱਤਰ। ਅਦਾਲਤ ਆਪਣੇ ਵੱਲੋਂ ਕਿਸੇ ਸੀਨੀਅਰ ਵਕੀਲ ਨੂੰ ਐਮੀਕਸ ਕਿਊਰੀ ਯਾਨੀ ਅਦਾਲਤ ਦਾ ਮਿੱਤਰ ਅਪੁਆਇੰਟ ਕਰ ਦਿੰਦੀ ਹੈ ਕਿ ਸਾਰੀ ਜਿਹੜੀ ਜਾਂਚ ਹੁੰਦੀ ਪਈ ਉਹਦੇ 'ਚ ਅਦਾਲਤ ਦੀ ਮਦਦ ਇੱਕ ਰਹੇ। ਉੱਥੇ ਫਿਰ ਗੱਲ ਇਹ ਨਿਕਲੀ ਕਿ ਜਾਟ ਐਜੀਟੇਸ਼ਨ ਦੇ ਦੌਰਾਨ ਹਰਿਆਣੇ 'ਚ ਜੱਜਾਂ ਦੇ ਨਾਲ ਵੀ ਜ਼ਿਆਦਤੀ ਹੋਈ ਜੀ, ਜੱਜਾਂ ਦੇ ਘਰਾਂ 'ਤੇ ਵੀ ਹਮਲੇ ਹੋਏ, ਜੱਜਾਂ ਨੇ ਆਪਣੇ ਘਰਾਂ ਤੋਂ ਡਰਦਿਆਂ ਨੇ ਪਲੇਟਾਂ ਲਾ ਦਿੱਤੀਆਂ। ਇਹ ਵੀ ਹੋਇਆ ਕਿ ਪੰਜਾਬ ਰਾਜ ਭਵਨ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਇੱਕ ਪਰਿਵਾਰ ਨਾਲ ਵੀ ਜ਼ਿਆਦਤੀ ਹੋਈ। ਪੰਜਾਬ ਰਾਜ ਭਵਨ ਦਾ ਮਤਲਬ ਪੰਜਾਬ ਦੇ ਗਵਰਨਰ ਦੀ ਕੋਠੀ, ਉਹਨਾਂ ਦੇ ਸਟਾਫ ਨਾਲ ਵੀ। ਫਿਰ ਜਦੋਂ ਹਾਈ ਕੋਰਟ ਨੇ ਸਖ਼ਤੀ ਕੀਤੀ ਤਾਂ ਫਿਰ ਹਰਿਆਣਾ ਸਰਕਾਰ ਮੰਨੀ ਕਿ ਹਾਂਜੀ ਸਾਡੇ ਕੋਲ ਰਿਪੋਰਟਾਂ ਆਈਆਂ ਨੇ ਕਿ ਇਹ ਹੋਇਆ। ਜਦੋਂ ਮੰਨ ਗਏ ਤਾਂ ਫਿਰ ਸੁਪਰੀਮ ਕੋਰਟ ਦਾ ਇੱਕ ਹੁਕਮ ਹੈ ਕਿ ਕਿਸੇ ਐਜੀਟੇਸ਼ਨ 'ਚ ਨੁਕਸਾਨ ਹੋਵੇ, ਜਿਨ੍ਹਾਂ ਨੇ ਨੁਕਸਾਨ ਕੀਤਾ ਉਹਨਾਂ ਲੀਡਰਾਂ ਦੀ ਜਾਇਦਾਦ ਕੁਰਕ ਕਰਕੇ ਉਹ ਪੂਰਾ ਕੀਤਾ ਜਾਣਾ। ਹੁਣ ਹਰਿਆਣੇ ਦੀ ਸਰਕਾਰ ਨੇ ਜਾਟ ਲੀਡਰਾਂ ਨੂੰ ਤਾਂ ਨੋਟਿਸ ਦੇ ਦਿੱਤੇ ਹੈ ਕਿ ਤੁਹਾਡੀ ਜਾਇਦਾਦ ਦੱਸੋ ਕਿੰਨੀ ਕਿੰਨੀ ਇਹ 'ਚੋਂ ਕੁਰਕ ਕਰਨਾ, ਕੱਲ੍ਹ ਨੂੰ ਕਰਨ ਜਾਂ ਨਾ ਕਰਨ ਉਹ ਬਾਅਦ ਦੀ ਗੱਲ ਹੈ।
ਪਰ ਜਿਹੜੀ ਰਿਪੋਰਟ ਇਹਨਾਂ ਦਿੱਤੀ ਹਾਈ ਕੋਰਟ 'ਚ, ਉੱਤੇ ਨਾ ਹਾਈ ਕੋਰਟ ਦੇ ਜੱਜਾਂ ਦੀ ਤਸੱਲੀ ਹੈ, ਨਾ ਅਦਾਲਤ ਮਿੱਤਰ ਐਮੀਕਸ ਕਿਊਰੀ ਅਨੁਪਮ ਗੁਪਤਾ ਹੈ ਉਹਦੀ ਤਸੱਲੀ ਹੈ। ਉਹਨੇ ਆਖਿਆ ਜੀ ਰਿਪੋਰਟ ਵਿਖਾਓ, ਕਹਿੰਦੇ ਜੀ ਅਦਾਲਤ ਨੂੰ ਵਿਖਾ ਸਕਦੇ, ਅਸੀਂ ਐਮੀਕਸ ਕਿਊਰੀ ਨਹੀਂ ਵਿਖਾਉਣੀ। ਅਦਾਲਤ ਕਹਿੰਦੀ ਹੈ ਕਿ ਐਮੀਕਸ ਕਿਊਰੀ 'ਤੇ ਅਸੀਂ ਅਪੁਆਇੰਟ ਕੀਤਾ, ਕਹਿੰਦੇ ਇਹਨੂੰ ਨਹੀਂ ਵਿਖਾਉਣੀ, ਜੱਜਾਂ ਨੂੰ ਵਿਖਾਵਾਂਗੇ। ਉਹ ਕਹਿੰਦਾ ਜੀ ਇਹ ਵਿਖਾਉਣੀ ਇਸ ਕਰਕੇ ਨਹੀਂ ਚਾਹੁੰਦੇ ਕਿਉਂਕਿ ਇਹ ਓਹਲਾ ਰੱਖਣਾ ਚਾਹੁੰਦੇ ਆ, ਬੰਦਿਆਂ ਨੂੰ ਬਚਾਉਣਾ ਚਾਹੁੰਦੇ ਆ। ਅਦਾਲਤ ਨੇ ਇੱਕ ਕੰਮ ਕਰਤਾ, ਹਾਈ ਕੋਰਟ ਨੇ, ਉਹਨੇ ਕਹਿਤਾ ਕਿ ਥੱਲੇ ਇਹਨਾਂ ਸਾਰੇ ਮਾਮਲਿਆਂ ਦੀ ਵੱਖ ਵੱਖ ਕੇਸਾਂ ਦੀ ਵੱਖ ਵੱਖ ਪੱਧਰ ਦੇ ਉੱਤੇ ਪੁਲਿਸ ਜਾਂਚ ਕਰੇਗੀ, ਪਰ ਅੱਗੇ ਪੁਲਿਸ ਦੀ ਜਾਂਚ ਸਿਰਫ ਪੁਲਿਸ ਤੱਕ ਹੁੰਦੀ ਹੈ। ਹੁਣ ਜਿੱਥੇ ਜਿੱਥੇ ਪੁਲਿਸ ਜਾਂਚ ਕਰਦੀ ਹੈ, ਸਾਰੇ ਹਰਿਆਣੇ 'ਚ ਜਿੰਨੇ ਜੁਡੀਸ਼ਲ ਮੈਜਿਸਟਰੇਟ ਆ, ਉਹ ਪੁਲਿਸ ਦੀ ਜਾਂਚ ਦੀ ਜਾਂਚ ਕਰਨਗੇ ਕਿ ਜਾਂਚ ਠੀਕ ਕਰ ਰਹੀ ਹੈ ਕਿ ਨਹੀਂ ਕਰ ਰਹੀ। ਇਹਦਾ ਮਤਲਬ ਪੁਲਿਸ ਦੀ ਜਾਂਚ ਦੇ ਉੱਤੇ ਵੀ ਹੁਣ ਹਾਈ ਕੋਰਟ ਦੀ ਅੱਖ ਰਹੇਗੀ ਕਿ ਗਲਤ ਨਾ ਕਰ ਜਾਣ। ਪੁਲਿਸ ਅਫਸਰਾਂ ਨੇ ਪਿਛਲੇ ਸਮੇਂ 'ਚ ਹਰਿਆਣੇ 'ਚ ਬਹੁਤ ਗਲਤ ਕੰਮ ਕੀਤੇ ਹੋਏ ਆ, ਔਰ ਇਹਦੇ 'ਚੋਂ ਸਾਨੂੰ ਲੱਗਦਾ ਇਹ ਹੈ ਕਿ ਸਿਆਸੀ ਲੀਡਰਾਂ ਤੋਂ ਤਾਂ ਕੋਈ ਬਹੁਤਾ ਇਨਸਾਫ ਮਿਲ ਨਹੀਂ ਸਕਦਾ। ਅੱਗੇ ਵੀ ਜਦੋਂ ਕਿਤੇ ਨਾ ਮਿਲੇ ਤਾਂ ਫਿਰ ਅਦਾਲਤ ਵਿੱਚੋਂ ਜਾ ਕੇ ਮਿਲਦਾ ਹੁੰਦਾ, ਹੇਠਲੀ ਅਦਾਲਤ ਵਿੱਚੋਂ ਨਾ ਮਿਲੇ ਤਾਂ ਸੁਪਰੀਮ ਕੋਰਟ 'ਚੋਂ ਮਿਲਦਾ ਹੁੰਦਾ। ਇੱਥੇ ਚੰਗੀ ਗੱਲ ਇਹ ਹੈ ਕਿ ਅਖਬਾਰਾਂ ਦੀਆਂ ਰਿਪੋਰਟਾਂ ਪੜ੍ਹ ਕੇ ਹਾਈ ਕੋਰਟ ਨੇ ਆਪ ਨੋਟਿਸ ਲਿਆ, ਔਰ ਜਿੱਥੇ ਗੱਲ ਪਹੁੰਚ ਗਈ ਹੈ, ਹੁਣ ਸਾਨੂੰ ਆਸ ਹੈ ਕਿ ਕੁਛ ਨਾ ਕੁਛ, ਬਹੁਤਾ ਨਹੀਂ ਥੋੜ੍ਹਾ ਸਹੀ, ਪਰ ਕੁਝ ਇਨਸਾਫ ਹੋਵੇਗਾ ਜ਼ਰੂਰ। ਜੀ, ਪੰਜਾਬ ਦੇ ਮੈਡੀਕਲ ਕਾਲਜਾਂ ਦੇ ਵਿੱਚ ਜਿਹੜੀਆਂ NRI ਸੀਟਾਂ ਨੇ, ਉਹਨਾਂ ਬਾਰੇ ਪਤਾ ਲੱਗਾ ਕਿ ਪੰਜਾਬ ਦੇ ਵਿਚਲੇ ਲੋਕ ਹੀ NRI ਬਣ ਕੇ ਉਹਨਾਂ ਸੀਟਾਂ ਨੂੰ ਲਈ ਜਾਂਦੇ ਨੇ, ਇਹਦੀ ਕੀ ਸੱਚਾਈ ਹੈ? ਦੇਖੋ, ਪਹਿਲਾਂ ਮੈਡੀਕਲ ਕਾਲਜਾਂ ਵਿੱਚ ਦੂਸਰੇ ਕਾਲਜਾਂ 'ਚ ਜਿਹੜੀਆਂ ਬੜੀਆਂ ਇੰਪੋਰਟੈਂਟ ਸੀਟਸ ਹੁੰਦੀਆਂ ਸਨ ਸਬਜੈਕਟਸ ਦੀਆਂ, ਉਹਨਾਂ ਵਿੱਚ ਕੁਝ ਸੀਟਾਂ ਸਰਕਾਰ ਦਾ ਕੋਟਾ ਹੁੰਦਾ ਸੀ, ਸਾਂਝੇ ਦਾਖਲਾ ਟੈਸਟ ਵਿੱਚ ਆਉਂਦੇ ਸਨ, ਕੁਝ ਕਾਲਜ ਵਾਲਿਆਂ ਦਾ ਹੁੰਦਾ ਸੀ, ਅਤੇ ਕਾਲਜ ਵਾਲੇ ਆਪਣਾ ਕੋਟਾ ਕੈਪੀਟੀਸ਼ਨ ਫੀਸ ਆਖ ਕੇ ਸੀਟਾਂ ਵੇਚਦੇ ਹੁੰਦੇ ਸਨ। ਫਿਰ ਇਹ ਕਹਿਤਾ ਗਿਆ ਕਿ NRI ਵੀ ਸਾਡੇ ਭਰਾ ਨੇ ਵਿਦੇਸ਼ਾਂ ਵਿੱਚ ਬੈਠੇ ਆ, ਜੇ ਉਹ ਕੋਈ ਆਪਣੇ ਬੱਚਿਆਂ ਨੂੰ ਪੰਜਾਬ ਵਿੱਚ ਪੜ੍ਹਾਉਣਾ ਚਾਹੁੰਦਾ ਤਾਂ NRI ਸੀਟਾਂ ਦਿੱਤੀਆਂ ਜਾਣਗੀਆਂ, NRI ਕੋਟਾ ਹਰ ਕਾਲਜ ਵਿੱਚ ਵੱਖਰਾ ਰੱਖਿਆ ਜਾਵੇ, ਰੱਖਿਆ ਗਿਆ। ਬਾਅਦ ਵਿੱਚ ਪਤਾ ਲੱਗਾ ਕਿ NRI ਕੋਟਾ ਅਸਲ ਵਿੱਚ ਠੱਗੀ ਠੋਰੀ ਕੋਟਾ, ਮੁੜ ਤਾਂ ਇੱਥੋਂ ਵੱਜ ਗਿਆ ਕਿ ਜਿਹੜੇ ਅਕਾਲੀ ਲੀਡਰਾਂ ਦੀ ਨਲਾਇਕ ਔਲਾਦ ਸੀ, ਉਹ ਨਲਾਇਕ ਔਲਾਦ NRI ਕੋਟੇ 'ਚੋਂ ਕਾਲਜਾਂ 'ਚ ਦਾਖਲ ਹੋਣ ਲੱਗ ਪਏ। ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਰਾਮਦਾਸ ਮੈਡੀਕਲ ਕਾਲਜ ਚਲਾਉਂਦੀ ਹੈ, ਨਾਲ ਹਸਪਤਾਲ ਚਲਾਉਂਦੀ ਹੈ। ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਵਿੱਚ 6-7 ਇਸ ਤਰ੍ਹਾਂ ਦੇ NRI ਪਹਿਲੇ ਸਾਲ ਹੀ ਦਾਖਲ ਹੋ ਗਏ ਜਿਹੜੇ NRI ਨਹੀਂ। ਮਿਸਾਲ ਦੇ ਤੌਰ 'ਤੇ ਅਕਾਲੀ ਦਲ ਦਾ ਇੱਕ ਮੰਤਰੀ ਸੀ, ਬਾਅਦ 'ਚੋਂ ਪਾਰਲੀਮੈਂਟ ਮੈਂਬਰ ਵੀ ਬਣਿਆ, ਉਹਨੇ ਆਪਣਾ ਮੁੰਡਾ MLA ਬਣਾ ਲਿਆ, ਅਮਰਪਾਲ ਸਿੰਘ ਬੋਨੀ, ਬਾਪ ਦਾ ਨਾਂ ਡਾਕਟਰ ਰਤਨ ਸਿੰਘ ਅਜਨਾਲਾ ਸੀ। ਉਹਨੇ ਆਪਣੇ ਪੁੱਤਰ ਅਮਰਪਾਲ ਸਿੰਘ ਬੋਲੀ ਨੂੰ ਇਹ ਕਹਿ ਕੇ ਗੁਰੂ ਰਾਮਦਾਸ ਮੈਡੀਕਲ ਕਾਲਜ ਵਿੱਚ ਕੋਟੇ ਦੀ ਸੀਟ ਦਵਾ ਲਈ ਕਿ ਤੁਹਾਡੇ ਕੋਲ NRI ਬੱਚੇ ਤਾਂ ਆਏ ਨਹੀਂ, ਸੀਟਾਂ ਖਾਲੀ ਪਈਆਂ, ਅਤੇ ਜਿੰਨੇ ਪੈਸੇ NRI ਨੇ ਦੇਣੇ ਆ ਉਹਨੇ ਮੈਂ ਦੇ ਦਿਆਂਗਾ। ਉਹਨੇ ਆਖਿਆ ਦੇ ਦਿਓ, ਯਾਨੀ ਸਿੱਧੀਆਂ ਜਿਹੜੀਆਂ ਪਹਿਲਾਂ ਵੇਚਣ ਦਾ ਰਿਵਾਜ਼ ਸੀ ਉਹ ਥਾਂ 'ਤੇ NRI ਦੇ ਨਾਂ 'ਤੇ ਵੇਚ ਦਿੱਤੀਆਂ। ਮੁੰਡਾ ਦਾਖਲ ਹੋ ਗਿਆ, ਉਹ ਇਕੱਲਾ ਨਹੀਂ, 6-7 ਜਣੇ ਦਾਖਲ ਹੋਏ ਸੀ ਉਦੋਂ, ਕੁਝ ਮੁੰਡੇ ਸਨ, ਕੁਝ 2-3 ਕੁੜੀਆਂ ਸਨ, ਸਾਰੇ ਲੀਡਰਾਂ ਦੇ। ਬਾਅਦ ਵਿੱਚ ਇਹ ਕਹਿਤਾ ਕਿ ਇਹਨਾਂ ਨੂੰ ਫੀਸ ਵੀ ਮਾਫ਼ ਕਰ ਦਿਓ, ਪਹਿਲਾਂ ਤਾਂ ਨਲਾਇਕ ਔਲਾਦ ਉੱਥੇ ਦਾਖਲ ਕਰਾ ਲਓ ਅਤੇ NRI ਕੋਟੇ 'ਚੋਂ ਕਰਾ ਲਓ, ਅਤੇ ਫਿਰ ਜਿਹੜਾ ਕੋਟਾ ਮਿਥਿਆ ਕਿ ਅਸੀਂ ਦਿਆਂਗੇ ਉਹ ਵੀ ਨਾ ਦਿਓ। ਅਤੇ ਅੱਗੋਂ ਪੁੱਤ ਐਡਾ ਸਿਆਣਾ ਸੀ ਕਿ ਉਹਨੇ ਆਪਣਾ ਕਾਲਜ ਪਾਸ ਹੀ ਨਹੀਂ ਕੀਤਾ, ਅੱਧ ਵਿਚਾਲੋਂ ਛੱਡ ਕੇ ਫਿਰ ਉਹਨੇ ਜਾ ਕੇ ਚੋਣ ਲੜ ਲਈ, MLA ਬਣ ਗਿਆ, MLA ਬਣ ਕੇ ਚੀਫ ਪਾਰਲੀਮੈਂਟਰੀ ਸੈਕਟਰੀ ਬਣ ਗਿਆ, ਹੁਣ ਮੰਤਰੀ ਆ। ਉਹਦੇ ਤੋਂ ਬਾਅਦ ਇਹ ਰਿਵਾਜ਼ ਚੱਲ ਪਿਆ ਕਿ ਜਿੰਨੇ ਵੀ ਕਾਲਜ ਨੇ ਸਾਰੇ ਕਾਲਜਾਂ 'ਚ NRI ਕੋਟਾ ਵਿਕਣ ਲੱਗ ਪਿਆ। ਹੁਣ ਅਮਰੀਕਾ ਤੋਂ ਆਏ ਇੱਕ ਪਰਿਵਾਰ ਨੇ ਇੱਥੇ ਆ ਕੇ ਪ੍ਰੈਸ ਕਾਨਫਰੰਸ ਕਰਕੇ ਆਖਿਆ ਕਿ ਅਸੀਂ ਦੱਸਦੇ ਹਾਂ ਜੀ ਕਿਹੜੇ ਕਿਹੜੇ ਕਾਲਜ ਵਿੱਚ ਕੀ ਹੈ, ਅਸੀਂ ਕਈਆਂ ਥਾਵਾਂ 'ਤੇ ਅਪਲਾਈ ਕੀਤਾ। ਉਹ ਬੱਚੇ ਜਿਨ੍ਹਾਂ ਦੇ ਮਾਂ ਬਾਪ ਕਦੇ ਵਿਦੇਸ਼ ਨਹੀਂ ਗਏ, ਜਿਹੜੇ ਬੱਚੇ ਆਪ ਕਦੇ ਵਿਦੇਸ਼ ਨਹੀਂ ਗਏ, ਉਹ ਆਪਣੇ ਆਪ ਨੂੰ NRI ਲਿਖ ਕੇ ਅਤੇ NRI ਸੀਟਾਂ 'ਤੇ ਦਾਖਲਾ ਲੈ ਰਿਹਾ। ਇਹੋ ਜਿਹਾ ਇੱਕ ਕੇਸ ਹਾਈ ਕੋਰਟ 'ਚ ਵੀ ਗਿਆ ਕਿ ਜਿਹੜੇ NRI ਕਦੇ ਨਹੀਂ ਬਣੇ ਉਹਨਾਂ ਨੂੰ NRI ਸੀਟਾਂ ਕਿੱਦਾਂ ਦਿੱਤੀਆਂ। ਕਹਿੰਦੇ ਜੀ ਅਸੀਂ ਨਾ ਇਹ ਸੋਚਿਆ ਸੀ ਕਿ ਬਾਅਦ ਵਿੱਚ ਜਦੋਂ ਵੇਖਿਆ ਕਿ NRI 'ਤੇ ਐਲੀਜੀਬਲ ਹੈ ਨਹੀਂ ਗਏ ਅਤੇ ਉਹ ਸੀਟਾਂ ਅਸੀਂ ਓਪਨ ਮੈਰਿਟ ਵਿੱਚ ਪਾ ਦਿੱਤੀਆਂ, ਅਤੇ ਫਿਰ ਇਹ ਆਖਿਆ ਕਿ ਇਹਦੇ ਨਾਲ ਜਿਹੜਾ NRI ਦੇ ਬਰਾਬਰ ਇੰਨਾ ਫੰਡ ਦੇ ਦੇਵੇ ਦਾਖਲ ਕਰ ਲਾਂਗੇ। ਹਾਈ ਕੋਰਟ ਨੇ ਉਸ ਮਾਮਲੇ 'ਚ ਵੀ ਝਾੜ ਪਈ ਸੀ ਕਿ ਸੀਟਾਂ NRI ਕੋਟੇ ਦੀਆਂ ਇਸ ਕਰਕੇ ਕੱਢੀਆਂ ਕਿ ਜਿਹੜੇ ਵਿਦੇਸ਼ ਵਿੱਚ ਵੱਸਦੇ ਸਾਡੇ ਪੰਜਾਬੀ ਭਰਾ ਅਤੇ ਭੈਣਾਂ ਨੇ, ਭਾਰਤੀ ਭਰਾ ਅਤੇ ਭੈਣਾਂ ਨੇ, ਉਹਨਾਂ ਦੇ ਬੱਚੇ, ਉਹਨਾਂ ਦੀ ਅਗਲੀ ਪੀੜ੍ਹੀ ਜੜ੍ਹਾਂ ਨਾਲ ਜੁੜੀ ਰਹੇ, ਆਪਣੇ ਦੇਸ਼ ਨਾਲ, ਆਪਣੇ ਵਤਨ ਨਾਲ ਜੁੜੀ ਰਹੇ। ਪਰ ਜੇ ਉਹਨਾਂ ਦੀਆਂ ਸੀਟਾਂ ਵੀ ਇੱਥੇ ਬਲੈਕ ਵਿੱਚ ਤੁਸੀਂ ਵੇਚਣੀਆਂ, ਸੌਦਾ ਮਾਰਨਾ ਔਰ ਆ ਝੂਠ ਬੋਲਣਾ
ਕਿ NRI ਨੇ ਇਹ ਠੱਗੀ ਠੋਰੀ ਕਰਨੀ ਹੈ ਅਤੇ ਫਿਰ ਇਹ ਨਹੀਂ ਹੋ ਸਕਦਾ। ਹਾਈ ਕੋਰਟ ਨੇ ਉਹ ਤਾਂ ਵੀ ਦਖਲ ਦਿੱਤਾ ਸੀ। ਹੁਣ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਜਿੰਨਾ ਕੁਛ ਉਹਨਾਂ ਖੁੱਲ੍ਹ ਕੇ ਆਖਿਆ ਔਰ ਆਖਿਆ ਵੀ ਇਹ ਆ ਕਿ ਅਸੀਂ NRI ਦੀ ਉੱਥੇ ਜਥੇਬੰਦੀ ਚਲਾ ਰਹੇ ਹਾਂ ਅਤੇ ਅਸੀਂ ਇੱਥੇ ਆ ਕੇ ਵੇਖਿਆ ਕਿ ਝੂਠੇ NRI ਜਿਹੜੇ ਕਦੇ ਕਦੇ ਬਾਹਰ ਗਏ ਹੀ ਨਹੀਂ, ਨਾ ਉਹਨਾਂ ਦੇ ਮਾਂ ਬਾਪ ਗਏ, ਉਹ NRI ਕੋਟੇ ਦੀਆਂ ਸੀਟਾਂ ਲੈ ਰਹੇ। ਮੇਰਾ ਖਿਆਲ ਹੈ ਕਿ ਜਿਨ੍ਹਾਂ ਨੇ ਕੀਤਾ, ਭਾਵੇਂ ਯੂਨੀਵਰਸਿਟੀ ਵਾਲੇ ਹੋਣ, ਕਾਲਜ ਵਾਲੇ ਹੋਣ, ਸਰਕਾਰ ਵਾਲੇ ਹੋਣ, ਉਹਨਾਂ ਸਾਰਿਆਂ ਨੂੰ ਕੁਝ ਨਾ ਕੁਝ ਸ਼ਰਮ ਆਉਣੀ ਚਾਹੀਦੀ ਹੈ ਕਿ ਬਾਹਰ ਬੈਠੇ ਲੋਕ ਤਾਂ ਜਿੱਦਾਂ ਬੁੱਢਿਆਂ ਹੋਣ ਤੱਕ ਜਿਹੜੀਆਂ ਔਰਤਾਂ ਨੇ ਪੇਕਿਆਂ ਦਾ ਕਾਂ ਉਡੀਕਦੀਆਂ ਨੇ, ਇਸੇ ਤਰ੍ਹਾਂ ਵਿਦੇਸ਼ ਵਿੱਚ ਬੈਠੇ ਲੋਕ ਇੰਡੀਆ ਦੀ ਪੰਜਾਬ ਦੀ ਗੱਲ ਚੱਲੇ ਅਤੇ ਹੋਰ ਤਰ੍ਹਾਂ ਦੇ ਹੋਕੇ ਜੇ ਭਰਤੇ ਕਿ ਸਾਡਾ ਪੰਜਾਬ ਸਾਡਾ ਇੰਡੀਆ, ਅਤੇ ਜੇ ਉਹਨਾਂ ਬਾਹਰ ਬੈਠਿਆਂ ਨਾਲ ਵੀ ਇੱਥੇ ਠੱਗੀਆਂ ਹੋਣੀਆਂ ਨੇ ਅਤੇ ਉਹ ਫਿਰ ਕਿੰਨੀ ਕੁ ਦੇਰ ਸਾਡੇ ਵਾਸਤੇ ਹੋਕੇ ਭਰਨਗੇ, ਅਖੀਰ ਇੱਕੋ ਲੰਮਾ ਹੋਕਾ ਹੋਣਗੇ ਲੈਣਗੇ ਕਿ ਇਹੋ ਜਿਹੇ ਦੇਸ਼ 'ਚੋਂ ਚੰਗਾ ਹੀ ਹੋਇਆ ਉੱਠਾਏ ਆ, ਜੇ ਉਹਨਾਂ ਨੂੰ ਜੋੜ ਕੇ ਨਾ ਰੱਖਣਾ ਤਾਂ ਠੱਗੀ ਬੰਦ ਕਰਨੀ ਪਏਗੀ। ਜੀ ਬਿਲਕੁਲ, ਮੁੱਦੇ ਹੋਰ ਵੀ ਨਹੀਂ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਨੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਕੁਝ ਨਵੇਂ ਮੁੱਦਿਆਂ 'ਤੇ ਇੱਕ ਨਵੀਂ ਚਰਚਾ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ TV। ਸ਼ੁਕਰੀਆ।